इन्होंने टेक्निकल प्रॉब्लम करके एमरजेंसी लैंडिंग इतने सर्वहितकारी स्कूल च करी गई है तो मौके पर ही चौंकी इंचार्ज जोड़े है हिमताणा उन्होंने भेजता सी। तो मैंने देखा कि सामने से हेलीकॉप्टर जा रहा है, तो मैं मुझे लगा कि सीएम साहब कह रहा किसी का होगा। तो मलेरकोटला के ऊपर जाने के बाद ये वापस आ गया। ਤੁਸੀਂ ਵੇਖ ਰਹੇ ਹੋ ਕਿ ਕਿਵੇਂ ਇੱਕ ਇੰਡੀਅਨ ਏਅਰਫੋਰਸ ਦੇ ਚੋਪਰ ਦੀ ਐਮਰਜੈਂਸੀ ਲੈਂਡਿੰਗ ਹੋ ਰਹੀ ਹੈ ਇੱਕ ਸਕੂਲ ਵਿੱਚ। ਦੱਸਣਾ ਬਣਦਾ ਹੈ ਕਿ ਮਲੇਰਕੋਟਲਾ ਦੇ ਧੂਰੀ ਰੋਡ 'ਤੇ ਸਥਿਤ ਇੱਕ ਸਕੂਲ ਵਿੱਚ ਅਚਾਨਕ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਬੱਚੇ ਡਰ ਕੇ ਕਲਾਸਾਂ ਵਿੱਚ ਭੱਜ ਗਏ ਜਦੋਂ ਉਹਨਾਂ ਵੇਖਿਆ ਕਿ ਸਕੂਲ ਦੇ ਗਰਾਊਂਡ ਵਿੱਚ ਇੱਕ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਹੋ ਰਹੀ ਹੈ। ਸਕੂਲ ਦੇ ਸਟਾਫ ਵੱਲੋਂ ਤੋਂ ਬਾਅਦ ਜਦ ਹੈਲੀਕਾਪਟਰ ਵਿੱਚੋਂ ਪਾਇਲਟ ਅਤੇ ਕੋ ਪਾਇਲਟ ਬਾਹਰ ਆਏ ਤਾਂ ਪਤਾ ਲੱਗਾ ਕਿ ਕੁਝ ਤਕਨੀਕੀ ਖਰਾਬੀ ਦੇ ਚੱਲਦੇ ਇੱਥੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਹੈ। ਇਸ ਤੋਂ ਬਾਅਦ ਇੰਡੀਅਨ ਏਅਰਫੋਰਸ ਦੇ ਉੱਚ ਅਧਿਕਾਰੀਆਂ ਨੂੰ ਮਾਮਲੇ ਸੰਬੰਧੀ ਸੂਚਿਤ ਕਰ ਦਿੱਤਾ ਗਿਆ ਅਤੇ ਤਕਨੀਕੀ ਵਿਭਾਗ ਦੀਆਂ ਟੀਮਾਂ ਹੈਲੀਕਾਪਟਰ ਨੂੰ ਠੀਕ ਕਰਨ ਲਈ ਮੌਕੇ 'ਤੇ ਪਹੁੰਚ ਗਈਆਂ। ਇਸ ਸਮੇਂ ਦੌਰਾਨ ਦਾ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਵੱਲੋਂ ਸਾਰੇ ਸਥਾਨ ਨੂੰ ਘੇਰ ਲਿਆ ਗਿਆ ਅਤੇ ਕਿਸੇ ਨੂੰ ਵੀ ਅੰਦਰ ਆਉਣ ਨਹੀਂ ਦਿੱਤਾ ਗਿਆ। ਜਿਸ ਤੋਂ ਬਾਅਦ ਹੈਲੀਕਾਪਟਰ ਨੂੰ ਠੀਕ ਕਰਕੇ ਇੱਥੋਂ ਰਵਾਨਾ ਕੀਤਾ ਗਿਆ। ਇਹਨਾਂ ਨੇ ਟੈਕਨੀਕਲ ਪ੍ਰੋਬਲਮ ਕਰਕੇ ਐਮਰਜੈਂਸੀ ਲੈਂਡਿੰਗ ਇੱਥੇ ਸਰਵਹਿਤਕਾਰੀ ਸਕੂਲ 'ਚ ਕਰੀ ਗਈ ਹੈ ਅਤੇ ਮੌਕੇ 'ਤੇ ਹੀ ਚੌਂਕੀ ਇੰਚਾਰਜ ਜਿਹੜੇ ਹੈਗੇ ਨੇ ਹਿਮਤਾਣਾ ਉਹਨਾਂ ਨੂੰ ਭੇਜਤਾ ਸੀਗਾ। ਔਰ ਵੈਸੇ ਟੈਕਨੀਕਲੀ ਇਹਨਾਂ ਦਾ ਜੋ ਹੋਊਗਾ ਇਸ਼ੂ ਉਹ ਹੈਗਾ, ਬਟ ਐਸ ਸੱਚ ਕੋਈ ਕੈਜੂਅਲਟੀ ਜਾਂ ਫਿਰ ਕੋਈ ਐਕਸੀਡੈਂਟ ਇਹੋ ਜਿਹਾ ਕੋਈ ਪੁਆਇੰਟ ਨਹੀਂ ਹੈ। ਮੈਂ 11:00 ਨਾ ਬਾਹਰ ਆਇਆ ਵੈਸੇ ਡਰਾਈਵਰ ਕੇ ਸਾਥ ਬਾਤ ਕਰਨੇ ਕੇ ਲੀਏ, ਤੋ ਮੈਨੇ ਦੇਖਾ ਕਿ ਸਾਹਮਣੇ ਸੇ ਹੈਲੀਕਾਪਟਰ ਜਾ ਰਹਾ ਹੈ, ਤੋ ਮੈਂ ਮੁਝੇ ਲਗਾ ਕਿ ਸੀ ਐਮ ਸਾਹਿਬ ਵਗੈਰਾ ਕਿਸੇ ਕਾ ਹੋਗਾ। ਤੋ ਮਲੇਰਕੋਟਲਾ ਕੇ ਉੱਪਰ ਜਾਣੇ ਕੇ ਬਾਅਦ ਇਹ ਵਾਪਸ ਆ ਗਿਆ, ਤੋ ਮੁਝੇ ਲਗਾ ਫਿਰ ਵਾਪਸ ਸ਼ਾਇਦ ਆ ਗਿਆ, ਕਿਉਂ ਜਾ ਰਿਹਾ ਹੋਗਾ। ਫਿਰ ਬਿਲਕੁਲ ਜਬ ਨਜ਼ਦੀਕ ਆ ਗਿਆ ਤੋ ਫਿਰ ਮੇਰੇ ਕੋਲ ਲੱਗਣੇ ਲਗਾ ਕਿ ਵੀ ਇਹ ਸ਼ਾਇਦ ਲੈਂਡ ਕਰਨੇ ਕੇ ਇਸਮੇ ਹੈ, ਔਰ ਦੇਖਤੇ ਦੇਖਤੇ ਲੈਂਡ ਕਰ ਗਿਆ। ਇੱਕ ਵਾਰ ਤਾਂ ਫਿਰ ਆਦਮੀ ਕੋ ਤਾਂ ਸਟ੍ਰੇਂਜ ਵੀ ਲੱਗਦਾ ਵੀ ਕੌਣ ਇਸਮੇ ਹੋਗੇ, ਲੇਕਿਨ ਜਬ ਮੈਨੇ ਦੇਖਾ ਕਿ ਮਿਲਟਰੀ ਕਾ ਹੋਸਪਿਟਲ ਮਿਲਟਰੀ ਕਾ ਚੋਪਰ ਹੈ, ਤੋ ਆਈ ਫਾਊਂਡ ਕਿ ਦੈਟ ਇਜ਼ ਵੈਰੀ ਸੇਫ, ਕੋਈ ਦਿੱਕਤ ਨਹੀਂ ਹੈ, ਕੋਈ ਬਾਹਰ ਸੇ ਕੋਈ ਲੋਕ ਨਹੀਂ ਹੈ, ਕਿਉਂਕਿ ਅਭੀ ਸਕੂਲ ਵੀ ਅਭੀ ਸ਼ੁਰੂ ਹੋਏ ਹੈ ਸਕੂਲ ਲੱਗਣੇ ਕੇ ਬਾਅਦ। ਤੋ ਫਿਰ ਉਤਰਨੇ ਕੇ ਬਾਅਦ ਫਿਰ ਜਬ ਇਹ ਜਿਨ ਕਾ ਇਹ ਜੋ ਪੱਖਾ ਹੋਤਾ ਉੱਪਰ ਕੇ ਘੁੰਮਣਾ ਬੰਦ ਹੁਆ, ਤੋ ਮੈਂ ਪਾਸ ਮੈਂ ਗਿਆ, ਤੋ ਮੈਨੇ ਕਿ ਮੈਂ ਪ੍ਰਿੰਸੀਪਲ ਹੂੰ, ਤੋ ਉਹਨੇ ਕਿਹਾ ਕੌਣ ਸੀ ਜਗ੍ਹਾ ਇਹ, ਤੋ ਮੈਨੇ ਉਹਨਾਂ ਕੋ ਕਿਹਾ ਕਿ ਇਹ ਜਗ੍ਹਾ ਮਲੇਰਕੋਟਲਾ ਹੈ ਔਰ ਯੂ ਆਰ ਇਨ ਅ ਸੇਫ ਪਲੇਸ, ਕੋਈ ਇਸ਼ੂ ਨਹੀਂ ਹੈ।